ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਸੰਸਦ ਰਵਨੀਤ ਸਿੰਘ ਬਿੱਟੂ ਵੱਲੋਂ ਜੋ ਟਿੱਪਣੀ ਕੀਤੀ ਗਈ ਹੈ ਉਹ ਨਿੰਦਣਯੋਗ ਹੈ ਜਿਸ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਉੱਪਰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਾਬਕਾ ਕੌਂਸਲਰ ਤਰਸੇਮ ਸਿੰਘ ਪੋਲਾ, ਰੋਹਿਤ ਖੋਖਰ, ਤਾਰਾ ਚੰਦ ਭਗਤ ਸਮੇਤ ਵੱਡੀ ਗਿਣਤੀ ਵਿੱਚ ਬੀਐਸਪੀ ਪਾਰਟੀ ਦੇ ਵਰਕਰ ਮੌਜੂਦ ਸਨ। ਬਹੁਜਨ ਸਮਾਜ ਪਾਰਟੀ ਨੂੰ ਬਹੁਤ ਹੀ ਮਾੜੇ ਸ਼ਬਦ ਜਿਹੜੇ ਕਹਿ ਗਏ ਆ ਉਹਦੇ ਸੰਬੰਧ 'ਚ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਬਹੁਜਨ ਸਮਾਜ ਪਾਰਟੀ ਨੇ ਇਹਦੇ ਖਿਲਾਫ਼ SC ST 3 12 ਦੇ ਤਹਿਤ ਪਰਚਾ ਦਰਜ ਕੀਤਾ ਜਾਵੇ। ਪੂਰੇ ਬਹੁਜਨ ਸਮਾਜ ਦੇ ਵਿੱਚ ਰੋਸ ਹੈ, ਪੂਰੇ ਪੰਜਾਬ ਦੇ ਵਿੱਚ ਰੋਸ ਹੈ, ਹਰ ਜਗ੍ਹਾ 'ਤੇ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਗੱਠਬੰਧਨ ਹੈ ਉਹ ਇਹਦੇ ਖਿਲਾਫ਼ ਮੈਮੋਰੈਂਡਮ ਦੇ ਰਿਹਾ। ਪੂਰਾ ਪੰਜਾਬ, ਪੂਰਾ ਦੇਸ਼ ਜਿਹੜੀ ਨਿੰਦਾ ਕਰ ਰਿਹਾ ਔਰ ਪੂਰਾ ਬਹੁਜਨ ਸਮਾਜ ਨਿੰਦਾ ਕਰ ਰਿਹਾ। ਸੋ ਉਹਨੇ ਆਪਣੀ ਦਲਿਤ ਜਿਹੜੀ ਵਿਰੋਧੀ ਮਾਨਸਿਕਤਾ ਆ ਉਹ ਦੱਸੀ ਆ। ਤੋ ਅੱਜ ਅਸੀਂ ਜਿਹੜਾ ਮਾਨਯੋਗ ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਆ ਕਿ ਇਹਦੇ 'ਤੇ ਜਿਹੜੀ ਕਾਨੂੰਨੀ ਕਾਰਵਾਈ ਆ ਔਰ SC ST ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਜਾਏ।